ਲੋਕਾਂ ਦੀ ਸਹੂਲਤ ਵਾਸਤੇ ਮੈਂ ਕਾਰਪੋਰੇਸ਼ਨ ਕਮਰਾ ਨੰਬਰ 6 ਵਿਖੇ ਆਪਣਾ ਪੱਕਾ ਦਫ਼ਤਰ ਖੋਲ੍ਹਿਆ ਤਾਂ ਕਿ ਲੋਕਾਂ ਤੋਂ ਚੱਲ ਕੇ ਮੁਲਾਵਜ਼ਾ ਇੱਕ ਮੈਂ ਸਵੇਰੇ ਕਰ ਬੈਠੇ ਕੰਮ ਕਰ ਪਾ ਇੱਕ ਸਾਡਾ ਕਿੱਲਾ ਨਹਿਰ ਅਤੇ ਇਸ ਵੀ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਦਿੱਕਤ ਆਉਂਦੀ ਸੀ ਉਹਨਾਂ ਦੀ ਮੁਸ਼ਕਲ ਨੂੰ ਦੂਰ ਕਰਦੇ ਹੋਏ ਲੋਕਾਂ ਨੂੰ ਉਹਨਾਂ ਦੀਆਂ ਸੇਵਾਵਾਂ ਪੂਰੀ ਢੰਗ ਨਾਲ ਦੇਣ ਵਾਸਤੇ ਪਟੀਸ਼ਨ ਜ਼ੋਨ ਨੰਬਰ 6 ਵਿਖੇ 6 ਨੰਬਰ ਕਮਰਾ ਪੱਕੇ ਤੌਰ 'ਤੇ ਖੋਲ੍ਹਿਆ ਕਿਸੇ ਨੂੰ ਵੀ ਦਿੱਕਤ ਹੈ ਜੇ ਅੱਜ ਸਾਡੇ ਨਾਲ ਸੰਪਰਕ ਕਰ ਸਕਦਾ ਕਿਉਂਕਿ ਉਹਨਾਂ ਨੂੰ ਹਰ ਜੇ ਮੈਂ ਕੰਮ ਰੋਕੂ ਤਾਂ ਹੀ MLA ਇੱਥੇ ਆਊ ਇਹਨੇ ਮੈਂ ਇਹ ਗੱਲਾਂ ਕਰਦਾ ਉਹਨਾਂ ਦੇ ਸਾਰਾ ਪਰਿਵਾਰ ਆ ਗਿਆ ਇਹ ਕਹੇ ਵੀ ਸਾਨੂੰ ਪੈਪ ਨਾਲ ਕੋਈ ਮਤਲਬ ਨਹੀਂ ਸਾਡੇ ਪਾਣੀ ਨਹੀਂ ਖੜਨਾ ਚਾਹੀਦਾ ਤੂੰ ਇੰਜੀਨੀਅਰ ਆ ਤੂੰ ਪੜ੍ਹਾਈ ਕਰੀ ਮੈਂ ਤੇਰੀ ਜ਼ਿੰਮੇਵਾਰੀ ਆ MLA ਸਾਹਿਬਾਨ ਕੋਲ MLA ਸਾਹਿਬਾਨ ਕੋਲ ਜਾਣ ਵਾਸਤੇ ਫਿਰ ਸਾਹਮਣਾ ਆਉਂਦਾ ਇੱਥੋਂ ਮੈਂ ਲੋਕਲ ਮੈਨੂੰ ਗੁਲਾਟਾ ਚ ਇੰਪਰੂਵਮੈਂਟ ਲਿਆਉਣਾ ਪੈਂਦਾ ਇਸ ਲਈ ਉਹਨਾਂ ਦੀ ਫਿਰ ਸਾਰੀ ਆਪਣੀ ਮੈਂ MLA ਸਾਹਿਬ ਮਿਲਦੀ ਤੁਹਾਨੂੰ ਜਾਂ ਕੋਈ ਉਹਨਾਂ ਨੂੰ ਪਾ ਦਿੱਤੇ ਅੱਜ ਹੁਣ ਜਦੋਂ ਮੈਂ ਇੱਥੇ ਬੈਠਾ ਧਰਤੀ ਮਾਰਨੀ ਆ ਸਾਨੂੰ ਕਹਿਣਾ ਵੀ ਆ ਕੇ ਫਿੱਟੀ ਅੱਜ ਸਵੇਰ ਦੇ ਹੀ ਘੱਟੋ ਘੱਟ 15 ਕੰਮ ਕਰਾਏ ਕਰਕੇ ਲੋਕਾਂ ਨੂੰ ਵਿਸ਼ਵਾਸ ਅੰਦਰ ਲੋਕਾਂ ਦਾ ਜੇ ਮੈਂ ਕੰਮ ਰੋਕੂ ਤਾਂ ਹੀ MLA ਇੱਥੇ ਆਊ ਇਹਨੇ ਮੈਂ ਇਹ ਗੱਲਾਂ ਕਰਦਾ ਉਹਨਾਂ ਦੇ ਸਾਰਾ ਪਰਿਵਾਰ ਆ ਗਿਆ ਇਹ ਕਹਿੰਦੇ ਵੀ ਸਾਨੂੰ ਪਾਈਪ ਨਾਲ ਕੋਈ ਮਤਲਬ ਨੀ ਸਾਡੇ ਲੱਗਣੀਆਂ ਨਵੇਂ ਪਾਈਪ ਬਣੇ ਉਹ ਪਾਲ ਤੋਂ ਨਿਜਾਤ ਦਵਾ ਕੇ ਰਹਿਣ ਸਹਿਣ ਲਈ ਜਿਹੜਾ ਸੁਖਾਵਾਂ ਮਾਹੌਲ ਦਿੰਦੇ ਇੱਥੇ ਤੁਸੀਂ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਬੈਠਦੇ ਹੋ ਮੇਰਾ 10 ਵਜੇ ਮੇਰਾ ਇਹ ਦਫ਼ਤਰ 10 ਵਜੇ ਤੋਂ 5 ਤੱਕ ਹੈ ਮੈਂ 3-4 ਘੰਟੇ ਸਿਟਿੰਗ ਦੇਊਂਗਾ ਬਾਕੀ ਮੇਰਾ ਸਟਾਫ ਇੱਥੇ ਮੌਜੂਦ ਰਹੂਗਾ ਤੁਸੀਂ ਜਦੋਂ ਚਾਹੋ ਆ ਕੇ ਕੰਮ ਕਰਾ ਸਕਦੇ ਭ੍ਰਿਸ਼ਟਾਚਾਰ ਨੂੰ ਲੈ ਕੇ ਕੁਝ ਕਹਿਣਾ ਚਾਹੁੰਦੇ ਹੋ ਇਹਦੇ ਨਾਲ ਕਿਤੇ ਨਾ ਕਿਤੇ ਭ੍ਰਿਸ਼ਟਾਚਾਰ ਨੂੰ ਵੀ ਨੱਥ ਪਊਗੀ ਅਗਰ ਕਿਸੇ ਅਧਿਕਾਰੀ ਦੇ ਜਾਂ ਕਰਮਚਾਰੀ ਦੇ ਖਿਲਾਫ਼ ਕੋਈ ਸ਼ਿਕਾਇਤ ਆਊਗੀ ਉਹਦੇ ਖਿਲਾਫ਼ ਸਖ਼ਤ ਕਾਰਵਾਈ ਕਰੇਗੀ ਉਹ ਕਿਉਂਕਿ ਪੌੜੀ ਇੱਕ ਉੱਪਰ ਹੀ ਚੜ੍ਹਨਾ ਜਿਹੜਾ ਵੀ ਕੋਈ ਅਧਿਕਾਰੀ ਪੈਸਾ ਮੈਂ ਕਹਿੰਦਾ ਵੀ ਸਾਡੇ ਅਧਿਕਾਰੀ ਸਾਰੇ ਇਮਾਨਦਾਰ ਨੇ ਅਗਰ ਕੋਈ ਇਹਦੇ ਵਿੱਚ ਦੋਸ਼ੀ ਪਾਇਆ ਗਿਆ ਤਾਂ ਉਹਨੂੰ ਕਿਸੇ ਵੀ ਹਾਲਤ 'ਚ ਬਖਸ਼ਿਆ ਨਹੀਂ ਜਾਊਗਾ ਇਸ ਇਲਾਕੇ ਦੇ ਤੁਸੀਂ MLA ਹੋ ਇਹਨਾਂ ਇਲਾਕਾ ਨਿਵਾਸੀਆਂ ਨੂੰ ਕੁਝ ਕਹਿਣਾ ਚਾਹੁੰਦੇ ਹੋ ਮੈਂ ਇਲਾਕੇ ਦਾ MLA ਨਹੀਂ ਮੈਂ ਆਪਣੇ ਆਪ ਨੂੰ ਇਲਾਕੇ ਦਾ ਸੇਵਾਦਾਰ ਕਹਿਣਾ ਅਤੇ ਮੈਂ ਤੁਹਾਨੂੰ ਇੱਕੋ ਇੱਕ ਬੇਨਤੀ ਕਰਦਾ ਕਿ ਸਰਦਾਰ ਭਗਵੰਤ ਸਿੰਘ ਮਾਨ ਦੀ ਜਿਹੜੀ ਅਗਵਾਈ ਵਾਲੀ ਸਰਕਾਰ ਹੈ ਪਹਿਲੀ ਸਰਕਾਰ ਹੈ ਪਹਿਲੇ ਇੱਕ ਇਮਾਨਦਾਰ ਮੁੱਖ ਮੰਤਰੀ ਤੁਹਾਨੂੰ ਮਿਲੇ ਨੇ ਜਿਨ੍ਹਾਂ ਦਾ ਇੱਕ ਮਕਸਦ ਹੈ ਸੇਵਾ ਕਰਨੀ ਕਿਸੇ ਵੀ ਮਹੱਲੇ ਨੂੰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਆਉਂਦੀ ਹੈ ਕੋਈ ਅਧਿਕਾਰੀ ਤੁਹਾਡੇ ਕੋਲੋਂ ਪੈਸੇ ਦੀ ਮੰਗ ਕਰਦਾ ਕੰਮ ਕਰਨ ਦੇ ਵਿੱਚ ਟਾਲ ਮਟੋਲ ਕਰਦਾ ਤਾਂ ਇਸ ਦਫ਼ਤਰ ਨਾਲ ਤਾਂ ਮੇਰੇ ਨੰਬਰਾਂ 'ਤੇ ਕੰਟੈਕਟ ਕਰ ਸਕਦੇ ਹੋ ਉਹਨਾਂ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਊ ਇੱਕ ਹੋਰ ਹੱਥ ਜੋੜ ਕੇ ਬੇਨਤੀ ਕੀਤੀ ਹੈ ਕਿ ਪੰਜਾਬ ਨੂੰ ਚਿੱਟੇ ਨਾਂ ਦੀ ਬਿਮਾਰੀ ਨੇ ਖਾ ਲਿਆ ਉਹਨੂੰ ਇਕੱਲੇ ਸਰਦਾਰ ਭਗਵੰਤ ਸਿੰਘ ਮਾਨ ਇਕੱਲਾ ਕੁਲਵੰਤ ਸਿੰਘ ਸਿੱਧੂ ਨਹੀਂ ਰੋਕ ਸਕਦਾ ਉਹਦੇ ਵਿੱਚ ਪੁਲਿਸ ਦਾ ਅਤੇ ਸਾਡਾ ਸਾਥ ਦਿਓ ਤਾਂ ਕਿ ਪੰਜਾਬ ਨੂੰ ਜੋ ਸੁਪਨਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਰੰਗਲਾ ਪੰਜਾਬ ਬਣਾਉਣ ਦਾ ਲਿਆ ਉਹਨੂੰ ਆਪਾਂ ਸਾਕਾਰ ਕਰ ਸਕੀਏ ਲੋਕਾਂ ਦੀ ਸਹੂਲਤ ਵਾਸਤੇ ਮੈਂ ਕਾਰਪੋਰੇਸ਼ਨ ਕਮਰਾ ਨੰਬਰ 6 ਵਿਖੇ ਆਪਣਾ ਪੱਕਾ ਦਫ਼ਤਰ ਖੋਲ੍ਹਿਆ ਤਾਂ ਕਿ ਲੋਕਾਂ ਨੂੰ ਚੱਲ ਕੇ ਦੂਰ ਦੁਰਾਡੇ ਨਾਲ ਆਉਣਾ ਪਵੇ ਮੇਰਾ ਇੱਕ ਦਫ਼ਤਰ ਦੁਕਰੀ ਹੈ ਇੱਕ ਮੈਂ ਸਵੇਰੇ ਘਰ ਬੈਠ ਕੇ ਕੰਮ ਕਰਦਾ ਇੱਕ ਸਾਡਾ ਕਿੱਲਾ ਨਹਿਰ ਅਤੇ ਇਸ ਲਈ ਲੋਕਾਂ ਨਾਲ ਦੇ ਵਿੱਚ ਦਿੱਕਤ ਆਉਂਦੀ ਸੀ ਉਹਨਾਂ ਦੀ ਮੁਸ਼ਕਲ ਨੂੰ ਦੂਰ ਕਰਦੇ ਹੋਏ ਲੋਕਾਂ ਨੂੰ ਉਹਨਾਂ ਦੀਆਂ ਸੇਵਾਵਾਂ ਪੂਰਨ ਢੰਗ ਨਾਲ ਦੇਣ ਵਾਸਤੇ ਕਾਰਪੋਰੇਸ਼ਨ ਜ਼ੋਨ ਨੰਬਰ 6 ਵਿਖੇ 6 ਨੰਬਰ ਕਮਰਾ ਪੱਕੇ ਤੌਰ 'ਤੇ ਖੋਲ੍ਹਿਆ
ਕਿਸੇ ਵੀ ਕੋਈ ਦਿੱਕਤ ਹੈ ਇੱਥੇ ਆ ਕੇ ਸਾਡੇ ਨਾਲ ਕੰਟੈਕਟ ਕਰ ਸਕਦਾ ਤਾਂ ਕਿ ਉਹਨਾਂ ਨੂੰ ਹਰ ਪ੍ਰਕਾਰ ਦੀ ਜਿਹੜੀ ਹੈ ਸਹੂਲਤ ਅਸੀਂ ਪ੍ਰਦਾਨ ਕਰ ਸਕਦੇ। ਅਕਸਰ ਲੋਕ ਜਿਹੜੇ ਕਾਰਪੋਰੇਸ਼ਨ ਦਾ ਕੰਮ ਕਰਾਉਣ ਆਉਂਦੇ ਆ ਉਹਨਾਂ ਨੂੰ ਕਿਤੇ ਨਾ ਕਿਤੇ ਖੱਜਲ ਖੁਆਰ ਹੋਣਾ ਪੈਂਦਾ, ਕੀ ਲੱਗਦਾ ਤੁਹਾਨੂੰ ਇੱਥੇ ਖੱਜਲ ਖੁਆਰੀ ਦਾ ਕਿਸੇ ਤਰ੍ਹਾਂ ਦਾ? ਦੇਖੋ ਮੈਂ ਦੱਸਦਾ, ਜਦੋਂ ਅਧਿਕਾਰੀ ਸਾਡੇ ਕੋਈ ਮਾੜੇ ਨੇਗੇ ਜਾਂ ਆਪਾਂ ਕਹਿ ਰਹੇ ਹਾਂ ਵੀ ਅਧਿਕਾਰੀ ਮਾੜੇ ਨੇ, ਉਹ ਜਾਣ ਕੇ ਖੱਜਲ ਖੁਆਰ ਕਰਦੇ ਨੇ। ਅਧਿਕਾਰੀ ਕੋਲ ਜਦੋਂ ਕੋਈ ਬੰਦਾ ਆਉਂਦਾ, ਅਗਰ ਉਹਦੇ 'ਤੇ ਕੋਈ ਅਟੈਸਟੇਸ਼ਨ ਕਰਨੀ ਹੈ ਤਾਂ ਉਹ ਕਹਿੰਦਾ ਵੀ MLA ਸਾਹਿਬਾਨ ਕੋਲ ਜਾਓ। MLA ਸਾਹਿਬਾਨ ਕੋਲ ਜਾਣ ਵਾਸਤੇ ਫਿਰ ਕਈ ਵਾਰੀ ਦਿੱਕਤਾਂ ਦਾ ਸਾਹਮਣਾ ਆਉਂਦਾ, ਅਸੀਂ ਚੰਡੀਗੜ੍ਹ ਮੀਟਿੰਗਾਂ 'ਚ ਵੀ ਜਾਣਾ, ਲੋਕਲ ਜਿਹੜੇ ਅਫਸਰ ਸਾਹਿਬਾਨਾਂ ਕੋਲ ਜਿਵੇਂ ਮੈਨੂੰ ਗੁਲਾਡਾ 'ਚ ਇੰਪਰੂਵਮੈਂਟ ਹਟ ਜਾਣਾ ਪੈਂਦਾ, ਇਸ ਲਈ ਉਹਨਾਂ ਦੀ ਸਹੂਲਤ ਫਿਰ ਖੱਜਲ ਖੁਆਰੀ ਆਪੇ ਹੁੰਦੀ ਹੈ। ਅਗਲਾ ਕਹਿੰਦਾ MLA ਸਾਹਿਬ ਮਿਲੇ ਨਹੀਂ ਸਾਨੂੰ ਜਾਂ ਕੋਈ ਵਿਘਨ ਪਾ ਦਿੰਦੇ ਨੇ। ਅੱਜ ਹੁਣ ਜਦੋਂ ਮੈਂ ਇੱਥੇ ਬੈਠਾ, ਘੰਟੀ ਮਾਰਨੀ ਅਫਸਰ ਨੂੰ ਕਹਿਣਾ ਵੀ ਆ ਕੇ ਦੱਸੋ ਜੀ, ਅੱਜ ਸਵੇਰ ਦੇ ਇਹ ਘੱਟੋ ਘੱਟ 15 ਕੰਮ ਕਰਾ ਚੁੱਕੇ ਹਨ, ਤਾਂ ਕਿ ਲੋਕਾਂ ਨੂੰ ਵਿਸ਼ਵਾਸ ਚਾਹੀਦਾ, ਲੋਕਾਂ ਦਾ ਵਿਸ਼ਵਾਸ ਅਤੇ ਖਰੇ ਉਤਰਨਾ ਜਿਹੜੇ ਉਹਨਾਂ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ 'ਤੇ ਕੀਤਾ। ਕਿੰਨੇ ਕੁ ਲੋਕ ਰੋਜ਼ ਤੁਸੀਂ ਅਟੈਂਡ ਕਰਦੇ ਹੋ? ਤੁਸੀਂ ਆਪਣੇ ਕੈਮਰਾਮੈਨ ਨੂੰ ਕਿਹਾ ਹੀ ਸੀ ਜਦੋਂ ਵੀ ਆ ਕੇ ਸ਼ੋਟ ਕਰੀ ਨੇ ਵੀ ਕਿੰਨੀ ਵੱਡੀ ਗਿਣਤੀ 'ਚ ਲੋਕ ਆਏ ਨੇ। ਅੱਜ ਗੁਰੂ ਅਰਜਨ ਨਗਰ ਗਲੀ ਨੰਬਰ 1 ਤੋਂ ਬੜੀ ਵੱਡੀ ਦਿੱਕਤ ਸੀ ਜਿਹੜੀ ਕਿ ਪਿਛਲੇ 20 ਸਾਲ ਤੋਂ ਕਿਸੇ ਨੇ ਨਹੀਂ ਕਰੀ। ਉਹ ਮੌਕੇ 'ਤੇ ਅਧਿਕਾਰੀਆਂ ਨੂੰ ਹਦਾਇਤ ਕਰੀਏ ਵੀ ਜੋ ਵੀ ਕੰਮ ਹੋਣ ਵਾਲਾ ਸੁਪਰ ਸੈਕਸ਼ਨ ਲੱਗਣੀਆਂ, ਨਵੇਂ ਪਾਈਪ ਪੈਣੇ, ਉਹ ਪਾ ਕੇ ਇਹਨਾਂ ਲੋਕਾਂ ਨੂੰ ਮੁਸ਼ਕਲ ਤੋਂ ਨਜਾਤ ਦਵਾ ਕੇ ਰਹਿਣ ਸਹਿਣ ਲਈ ਜਿਹੜਾ ਸੁਖਾਵਾਂ ਮਾਹੌਲ ਦਿੰਦੇ। ਇੱਥੇ ਤੁਸੀਂ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਬੈਠਦੇ? ਮੇਰਾ 10 ਮੇਰਾ ਇਹ ਦਫ਼ਤਰ 10 ਵਜੇ ਤੋਂ 5 ਤੱਕ ਹੈ। ਮੈਂ 3-4 ਘੰਟੇ ਸਿਟਿੰਗ ਦੇਊਂਗਾ, ਬਾਕੀ ਮੇਰਾ ਸਟਾਫ ਇੱਥੇ ਮੌਜੂਦ ਰਹੂਗਾ, ਤੁਸੀਂ ਜਦੋਂ ਚਾਹੋ ਆ ਕੇ ਕੰਮ ਕਰਾ ਸਕਦੇ। ਭ੍ਰਿਸ਼ਟਾਚਾਰ ਨੂੰ ਲੈ ਕੇ ਕੁਝ ਕਹਿਣਾ ਚਾਹੁੰਦੇ ਹੋ? ਇਹਦੇ ਨਾਲ ਕਿਤੇ ਨਾ ਕਿਤੇ ਭ੍ਰਿਸ਼ਟਾਚਾਰ ਨੂੰ ਵੀ ਨੱਥ ਪਊਗੀ। ਅਗਰ ਕਿਸੇ ਅਧਿਕਾਰੀ ਦੇ ਜਾਂ ਕਰਮਚਾਰੀ ਦੇ ਖਿਲਾਫ਼ ਕੋਈ ਸ਼ਿਕਾਇਤ ਆਊਗੀ, ਉਹਦੇ ਖਿਲਾਫ਼ ਸਖ਼ਤ ਕਾਰਵਾਈ ਕਰੇਗੀ, ਕਿਉਂਕਿ ਪੌੜੀ ਇੱਕ ਉੱਪਰ ਹੀ ਚੜ੍ਹਨਾ ਜਿਹੜਾ ਵੀ ਕੋਈ ਅਧਿਕਾਰੀ ਪੈਸਾ। ਮੈਂ ਕਹਿੰਦਾ ਵੀ ਸਾਡੇ ਅਧਿਕਾਰੀ ਸਾਰੇ ਇਮਾਨਦਾਰ ਨੇ, ਅਗਰ ਕੋਈ ਇਹਦੇ ਵਿੱਚ ਦੋਸ਼ੀ ਪਾਇਆ ਗਿਆ ਤਾਂ ਉਹਨੂੰ ਕਿਸੇ ਵੀ ਹਾਲਤ 'ਚ ਬਖਸ਼ਿਆ ਨਹੀਂ ਜਾਊਗਾ। ਮੈਂ ਇਲਾਕੇ ਦਾ MLA ਨਹੀਂ, ਮੈਂ ਆਪਣੇ ਆਪ ਨੂੰ ਇਲਾਕੇ ਦਾ ਸੇਵਾਦਾਰ ਕਹਿੰਦਾ ਅਤੇ ਮੈਂ ਤੁਹਾਨੂੰ ਇੱਕੋ ਇੱਕ ਬੇਨਤੀ ਕਰਦਾ ਕਿ ਸਰਦਾਰ ਭਗਵੰਤ ਸਿੰਘ ਮਾਨ ਦੀ ਜਿਹੜੀ ਅਗਵਾਈ ਵਾਲੀ ਸਰਕਾਰ ਹੈ, ਪਹਿਲੀ ਸਰਕਾਰ ਹੈ, ਪਹਿਲੇ ਇੱਕ ਇਮਾਨਦਾਰ ਮੁੱਖ ਮੰਤਰੀ ਤੁਹਾਨੂੰ ਮਿਲੇ ਨੇ ਜਿਨ੍ਹਾਂ ਦਾ ਇੱਕ ਮਕਸਦ ਹੈ ਸੇਵਾ ਕਰਨੀ। ਕਿਸੇ ਵੀ ਮਹੱਲੇ ਨੂੰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਆਉਂਦੀ ਹੈ, ਕੋਈ ਅਧਿਕਾਰੀ ਤੁਹਾਡੇ ਕੋਲੋਂ ਪੈਸੇ ਦੀ ਮੰਗ ਕਰਦਾ, ਕੰਮ ਕਰਨ ਦੇ ਵਿੱਚ ਟਾਲ ਮਟੋਲ ਕਰਦਾ, ਤਾਂ ਇਸ ਦਫ਼ਤਰ ਨਾਲ ਤਾਂ ਮੇਰੇ ਨੰਬਰਾਂ 'ਤੇ ਕੰਟੈਕਟ ਕਰ ਸਕਦੇ ਹੋ, ਉਹਨਾਂ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਊ। ਇੱਕ ਹੋਰ ਹੱਥ ਜੋੜ ਕੇ ਬੇਨਤੀ ਹੈ ਕਿ ਪੰਜਾਬ ਨੂੰ ਚਿੱਟੇ ਨਾਂ ਦੀ ਬਿਮਾਰੀ ਨੇ ਖਾ ਲਿਆ, ਉਹਨੂੰ ਇਕੱਲੇ ਸਰਦਾਰ ਭਗਵੰਤ ਸਿੰਘ ਮਾਨ, ਇਕੱਲਾ ਕੁਲਵੰਤ ਸਿੰਘ ਸਿੱਧੂ ਨਹੀਂ ਰੋਕ ਸਕਦਾ, ਉਹਦੇ ਵਿੱਚ ਪੁਲਿਸ ਦਾ ਅਤੇ ਸਾਡਾ ਸਾਥ ਦਿਓ ਤਾਂ ਕਿ ਪੰਜਾਬ ਨੂੰ ਜੋ ਸੁਪਨਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਰੰਗਲਾ ਪੰਜਾਬ ਬਣਾਉਣ ਦਾ ਲਿਆ, ਉਹਨੂੰ ਆਪਾਂ ਸਾਕਾਰ ਕਰ ਸਕੀਏ। ਇਹ ਲੋਕਾਂ ਦੀ ਸਹੂਲਤ ਵਾਸਤੇ ਮੈਂ ਕਾਰਪੋਰੇਸ਼ਨ ਕਮਰਾ ਨੰਬਰ 6 ਵਿਖੇ ਆਪਣਾ ਪੱਕਾ ਦਫ਼ਤਰ ਖੋਲ੍ਹਿਆ ਤਾਂ ਕਿ ਲੋਕਾਂ ਨੂੰ ਚੱਲ ਕੇ ਦੂਰ ਦੁਰਾਡੇ ਨਾ ਆਉਣਾ ਪਵੇ। ਮੇਰਾ ਇੱਕ ਦਫ਼ਤਰ ਦੁਕਰੀ ਹੈ, ਇੱਕ ਮੈਂ ਸਵੇਰੇ ਘਰ ਬੈਠ ਕੇ ਕੰਮ ਕਰਦਾ, ਇੱਕ ਸਾਡਾ ਗਿੱਲਾ ਨਹਿਰ 'ਤੇ, ਇਸ ਲਈ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਦਿੱਕਤ ਆਉਂਦੀ ਸੀ। ਉਹਨਾਂ ਦੀ ਮੁਸ਼ਕਲ ਨੂੰ ਦੂਰ ਕਰਦੇ ਹੋਏ ਲੋਕਾਂ ਨੂੰ ਉਹਨਾਂ ਦੀਆਂ ਸੇਵਾ ਦੇਣ ਵਾਸਤੇ ਕਾਰਪੋਰੇਸ਼ਨ ਜ਼ੋਨ ਨੰਬਰ 6 ਵਿਖੇ 6 ਨੰਬਰ ਕਮਰਾ ਪੱਕੇ ਤੌਰ 'ਤੇ ਖੋਲ੍ਹਿਆ। ਕਿਸੇ ਨੂੰ ਵੀ ਕੋਈ ਦਿੱਕਤ ਹੈ ਇੱਥੇ ਆ ਕੇ ਸਾਡੇ ਨਾਲ ਕੰਟੈਕਟ ਕਰ ਸਕਦਾ ਤਾਂ ਕਿ ਉਹਨਾਂ ਨੂੰ ਹਰ ਪ੍ਰਕਾਰ ਦੀ ਜਿਹੜੀ ਹੈ ਸਹੂਲਤ ਅਸੀਂ ਪ੍ਰਦਾਨ ਕਰ ਸਕੀਏ। ਅਕਸਰ ਲੋਕ ਜਿਹੜੇ ਕਾਰਪੋਰੇਸ਼ਨ ਦਾ ਕੰਮ ਕਰਾਉਣ ਆਉਂਦੇ ਆ ਉਹਨਾਂ ਨੂੰ ਕਿਤੇ ਨਾ ਕਿਤੇ ਖੱਜਲ ਖੁਆਰ ਹੋਣਾ ਪੈਂਦਾ, ਕੀ ਲੱਗਦਾ ਤੁਹਾਨੂੰ ਇੱਥੇ ਖੱਜਲ ਖੁਆਰੀ ਦਾ ਕਿਸੇ ਤਰ੍ਹਾਂ ਦਾ? ਦੇਖੋ ਮੈਂ ਦੱਸਦਾ, ਜਦੋਂ ਅਧਿਕਾਰੀ ਸਾਡੇ ਕੋਈ ਮਾੜੇ ਨੇਗੇ ਜਾਂ ਆਪਾਂ ਕਹਿ ਰਹੇ ਹਾਂ ਵੀ ਅਧਿਕਾਰੀ ਮਾੜੇ ਨੇ, ਉਹ ਜਾਣ ਕੇ ਖੱਜਲ ਖੁਆਰ ਕਰਦੇ ਨੇ। ਅਧਿਕਾਰੀ ਕੋਲ ਜਦੋਂ ਕੋਈ ਬੰਦਾ ਆਉਂਦਾ, ਅਗਰ ਉਹਦੇ 'ਤੇ ਕੋਈ ਅਟੈਸਟੇਸ਼ਨ ਕਰਨੀ ਹੈ ਤਾਂ ਉਹ ਕਹਿੰਦਾ ਵੀ MLA ਸਾਹਿਬਾਨ ਕੋਲ ਜਾਓ। MLA ਸਾਹਿਬਾਨ ਕੋਲ ਜਾਣ ਵਾਸਤੇ ਫਿਰ ਕਈ ਵਾਰੀ ਦਿੱਕਤਾਂ ਦਾ ਸਾਹਮਣਾ ਆਉਂਦਾ, ਅਸੀਂ ਚੰਡੀਗੜ੍ਹ ਮੀਟਿੰਗਾਂ 'ਚ ਵੀ ਜਾਣਾ,
ਲੋਕਲ ਜਿਹੜੇ ਅਫਸਰ ਸਾਹਿਬਾਨਾਂ ਕੋਲ ਹੋ ਜਿਹਨੇ ਜਿਵੇਂ ਮੈਨੂੰ ਗਲਾਡਾ 'ਚ ਇੰਪਰੂਵਮੈਂਟ ਹਟ ਜਾਣਾ ਪੈਂਦਾ, ਇਸ ਲਈ ਉਹਨਾਂ ਦੀ ਸਹੂਲਤ ਫਿਰ ਖੱਜਲ ਖੁਆਰੀ ਆਪੇ ਹੁੰਦੀ ਹੈ। ਅਗਲਾ ਕਹਿੰਦਾ MLA ਸਾਹਿਬ ਮਿਲੇ ਨਹੀਂ ਸਾਨੂੰ ਜਾਂ ਕੋਈ ਵਿਘਨ ਪਾਉਂਦੇ ਨੇ। ਅੱਜ ਹੁਣ ਜਦੋਂ ਮੈਂ ਇੱਥੇ ਬੈਠਾ ਘੰਟੀ ਮਾਰਨੀ ਅਫਸਰ ਨੂੰ ਕਹਿਣਾ ਵੀ ਆ ਕੇ ਦੱਸੋ ਵੀ ਅੱਜ ਸਵੇਰ ਦੇ 15 ਕਰਾ ਚੁੱਕੇ ਹਨ, ਤਾਂ ਕਿ ਲੋਕਾਂ ਨੂੰ ਵਿਸ਼ਵਾਸ ਚਾਹੀਦਾ, ਲੋਕਾਂ ਦਾ ਵਿਸ਼ਵਾਸ ਅਤੇ ਖਰੇ ਉਤਰਨਾ ਜਿਹੜੇ ਉਹਨਾਂ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ 'ਤੇ ਕੀਤਾ। ਕਿੰਨੇ ਕੁ ਲੋਕ ਰੋਜ਼ ਤੁਸੀਂ ਅਟੈਂਡ ਕਰਦੇ ਹੋ? ਤੁਸੀਂ ਆਪਣੇ ਕੈਮਰਾਮੈਨ ਨੂੰ ਕਿਹਾ ਸੀ ਜਦੋਂ ਵੀ ਆ ਕੇ ਸ਼ੋਟ ਕਰੀ ਨੇ ਵੀ ਕਿੰਨੀ ਵੱਡੀ ਗਿਣਤੀ 'ਚ ਲੋਕ ਆਏ ਨੇ। ਅੱਜ ਗੁਰੂ ਅਰਜਨ ਨਗਰ ਨਗਰ ਗਲੀ ਨੰਬਰ 1 ਤੋਂ ਬੜੀ ਵੱਡੀ ਦਿੱਕ ਸੀ ਜਿਹੜੀ ਕਿ ਪਿਛਲੇ 20 ਸਾਲ ਤੋਂ ਕਿਸੇ ਨੇ ਨਹੀਂ ਕਰੀ। ਉਹ ਮੌਕੇ 'ਤੇ ਅਧਿਕਾਰੀਆਂ ਨੂੰ ਹਦਾਇਤ ਕਰੀਏ ਵੀ ਜੋ ਵੀ ਕੰਮ ਹੋਣ ਵਾਲਾ ਸੁਪਰ ਸੈਕਸ਼ਨ ਲੱਗਣੀਆਂ, ਨਵੇਂ ਪਾਈਪ ਪੈਣੇ, ਉਹ ਪਾ ਕੇ ਇਹਨਾਂ ਲੋਕਾਂ ਨੂੰ ਮੁਸ਼ਕਲ ਤੋਂ ਨਜਾਤ ਦਵਾ ਕੇ ਰਹਿਣ ਸਹਿਣ ਲਈ ਜਿਹੜਾ ਸੁਖਾਵਾਂ ਮਾਹੌਲ ਦਿੰਦੇ। ਇੱਥੇ ਤੁਸੀਂ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਬੈਠਦੇ ਹੋ? ਤੇ ਮੇਰਾ 10 ਵਜੇ 10, ਮੇਰਾ ਇਹ ਦਫ਼ਤਰ 10 ਵਜੇ ਤੋਂ 5 ਤੱਕ ਹੈ। ਮੈਂ 3-4 ਘੰਟੇ ਸਿਟਿੰਗ ਦੇਊਂਗਾ, ਬਾਕੀ ਮੇਰਾ ਸਟਾਫ ਇੱਥੇ ਮੌਜੂਦ ਰਹੂਗਾ, ਤੁਸੀਂ ਜਦੋਂ ਚਾਹੋ ਆ ਕੇ ਕੰਮ ਕਰਾ ਸਕਦੇ। ਭ੍ਰਿਸ਼ਟਾਚਾਰ ਨੂੰ ਲੈ ਕੇ ਕੁਝ ਕਹਿਣਾ ਚਾਹੁੰਦੇ ਹੋ ਜੀ? ਇਹਦੇ ਨਾਲ ਕਿਤੇ ਨਾ ਕਿਤੇ ਭ੍ਰਿਸ਼ਟਾਚਾਰ ਨੂੰ ਵੀ ਨੱਥ ਪਊਗੀ। ਅਗਰ ਕਿਸੇ ਅਧਿਕਾਰੀ ਦੇ ਜਾਂ ਕਰਮਚਾਰੀ ਦੇ ਖਿਲਾਫ਼ ਕੋਈ ਸ਼ਿਕਾਇਤ ਆਊਗੀ, ਉਹਦੇ ਖਿਲਾਫ਼ ਸਖ਼ਤ ਕਾਰਵਾਈ ਕਰੇਗੀ, ਕਿਉਂਕਿ ਪੌੜੀ ਇੱਕ ਉੱਪਰ ਹੀ ਚੜ੍ਹਨਾ ਜਿਹੜਾ ਵੀ ਕੋਈ ਅਧਿਕਾਰੀ ਪੈਸਾ। ਮੈਂ ਕਹਿੰਦਾ ਵੀ ਸਾਡੇ ਅਧਿਕਾਰੀ ਸਾਰੇ ਇਮਾਨਦਾਰ ਨੇ, ਅਗਰ ਕੋਈ ਇਹਦੇ ਵਿੱਚ ਦੋਸ਼ੀ ਪਾਇਆ ਗਿਆ ਤਾਂ ਉਹਨੂੰ ਕਿਸੇ ਵੀ ਹਾਲਤ 'ਚ ਬਖਸ਼ਿਆ ਨਹੀਂ ਜਾਊਗਾ। ਕਿਹਦਾ MLA ਨਹੀਂ, ਮੈਂ ਆਪਣੇ ਆਪ ਨੂੰ ਇਲਾਕੇ ਦਾ ਸੇਵਾਦਾਰ ਕਹਿੰਦਾ ਅਤੇ ਮੈਂ ਤੁਹਾਨੂੰ ਇੱਕੋ ਇੱਕ ਬੇਨਤੀ ਕਰਦਾ ਕਿ ਸਰਦਾਰ ਭਗਵੰਤ ਸਿੰਘ ਮਾਨ ਦੀ ਜਿਹੜੀ ਅਗਵਾਈ ਵਾਲੀ ਸਰਕਾਰ ਇਹ ਪਹਿਲੀ ਸਰਕਾਰ ਹੈ, ਪਹਿਲੇ ਇੱਕ ਇਮਾਨਦਾਰ ਮੁੱਖ ਮੰਤਰੀ ਤੁਹਾਨੂੰ ਮਿਲੇ ਨੇ ਜਿਨ੍ਹਾਂ ਦਾ ਇੱਕ ਮਕਸਦ ਹੈ ਸੇਵਾ ਕਰਨੀ। ਕਿਸੇ ਵੀ ਮਹੱਲੇ ਨੂੰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਆਉਂਦੀ ਹੈ, ਕੋਈ ਅਧਿਕਾਰੀ ਤੁਹਾਡੇ ਕੋਲੋਂ ਪੈਸੇ ਦੀ ਮੰਗ ਕਰਦਾ, ਕੰਮ ਕਰਨ ਦੇ ਵਿੱਚ ਟਾਲ ਮਟੋਲ ਕਰਦਾ, ਤਾਂ ਇਸ ਦਫ਼ਤਰ ਨਾਲ ਤਾਂ ਮੇਰੇ ਨੰਬਰਾਂ 'ਤੇ ਕੰਟੈਕਟ ਕਰ ਸਕਦੇ ਹੋ, ਉਹਨਾਂ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਊ। ਇੱਕ ਹੋਰ ਹੱਥ ਜੋੜ ਕੇ ਬੇਨਤੀ ਹੈ ਕਿ ਪੰਜਾਬ ਨੂੰ ਚਿੱਟੇ ਨਾਂ ਦੀ ਬਿਮਾਰੀ ਨੇ ਖਾ ਲਿਆ, ਉਹਨੂੰ ਇਕੱਲੇ ਸਰਦਾਰ ਭਗਵੰਤ ਸਿੰਘ ਮਾਨ, ਇਕੱਲਾ ਕੁਲਵੰਤ ਸਿੰਘ ਸਿੱਧੂ ਨਹੀਂ ਰੋਕ ਸਕਦਾ, ਉਹਦੇ ਵਿੱਚ ਪੁਲਿਸ ਦਾ ਅਤੇ ਸਾਡਾ ਸਾਥ ਦਿਓ ਤਾਂ ਕਿ ਪੰਜਾਬ ਨੂੰ ਜੋ ਸੁਪਨਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਰੰਗਲਾ ਪੰਜਾਬ ਬਣਾਉਣ ਦਾ ਲਿਆ, ਉਹਨੂੰ ਆਪਾਂ ਸਾਕਾਰ ਕਰ ਸਕੀਏ।